ਤੁਹਾਨੂੰ ਲਾਈਫ 'ਚ ਜੌਬ ਕਰਨੀ ਚਾਹੀਦੀ ਹੈ ਜਾਂ ਬਿਜ਼ਨਸ ਕਰਨਾ ਚਾਹੀਦਾ? ਜੇ ਤੁਹਾਡਾ ਇਹ ਕੁਐਸਚਨ ਆਉਣਾ, ਤੁਸੀਂ ਇਹ ਸੋਚ ਰਹੇ ਹੋ ਯਾਰ ਜੌਬ ਕਰਾਂ, ਕੋਈ ਸਰਕਾਰੀ ਜੌਬ ਲੱਗਾਂ, ਪ੍ਰਾਈਵੇਟ ਜੌਬ ਲੱਗਾਂ ਜਾਂ ਆਪਣਾ ਬਿਜ਼ਨਸ ਸਟਾਰਟ ਕਰਾਂ, ਜਾਂ ਜੌਬ ਪਹਿਲਾਂ ਕਰਕੇ ਫਿਰ ਬਿਜ਼ਨਸ ਸਟਾਰਟ ਕਰਾਂ, ਤਾਂ ਤੁਹਾਨੂੰ ਨਾ ਲਾਈਫ 'ਚ ਪਹਿਲਾਂ ਇਹ ਸਮਝਣਾ ਪੈਣਾ, ਜੇ ਤੁਸੀਂ ਕਨਫਿਊਜ਼ ਹੋ, ਠੀਕ ਆ, ਵੀ ਤੁਹਾਨੂੰ ਕੀ ਕਰਨਾ ਚਾਹੀਦਾ, ਵੀ ਕਿਹੜੀ ਚੀਜ਼ ਤੁਹਾਡੇ ਵਾਸਤੇ ਸਹੀ ਆ, ਤਾਂ ਪਹਿਲਾਂ ਨਾ ਸਭ ਤੋਂ ਐਂਡ ਗੋਲ ਸੋਚੋ। ਐਂਡ ਗੋਲ ਕੀ ਆ? ਆਪਣੀ ਜ਼ਿੰਦਗੀ ਵਧੀਆ ਹੋਣੀ ਚਾਹੀਦੀ ਆ, ਠੀਕ ਹੈ ਨਾ। ਆਪਣੀ ਜ਼ਿੰਦਗੀ ਇਮੈਜਿਨ ਕਰੋ ਵੀ ਤੁਸੀਂ ਕਿਹੋ ਜਿਹੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ, ਵੀ ਤੁਹਾਡਾ ਗੋਲ ਕੀ ਆ, ਵੀ ਤੁਹਾਡੀ ਰੂਟੀਨ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕੀ ਤੁਸੀਂ ਕੰਮ ਕਰਨਾ ਚਾਹੀਦੇ ਹੋ, ਕਿੰਨੇ ਤੁਹਾਡੇ ਕੋਲ ਪੈਸੇ ਆਉਣੇ ਚਾਹੀਦੇ ਨੇ, ਤੁਸੀਂ ਪੇਰੈਂਟਸ ਨਾਲ ਰਹਿਣਾ ਚਾਹੁੰਦੇ ਹੋ ਜਾਂ ਦੋਸਤਾਂ ਨਾਲ ਰਹਿਣਾ ਚਾਹੁੰਦੇ ਹੋ ਜਾਂ ਕੀ ਕਰਨਾ ਚਾਹੁੰਦੇ ਹੋ, ਠੀਕ ਆ। ਪਹਿਲਾਂ ਆਪਣੀ ਲਾਈਫ ਇਮੈਜਿਨ ਕਰੋ ਵੀ ਤੁਹਾਨੂੰ ਲਾਈਫ ਚਾਹੀਦੀ ਕਿਹੋ ਜਿਹੀ ਆ, ਕੀ ਲਾਈਫ ਚਾਹੀਦੀ ਆ, ਅਤੇ ਫਿਰ ਉਹ ਤੋਂ ਪਿੱਛੇਲਾ ਸਟੈਪ ਚੱਕੋ, ਠੀਕ ਆ। ਫਿਰ ਉਹ ਤੋਂ ਪਿੱਛੇ ਦੇਖੋ ਵੀ ਤੁਹਾਨੂੰ ਕਿਹੜਾ ਕੰਮ ਕਰਕੇ ਉਹ ਲਾਈਫ ਮਿਲੂਗੀ, ਠੀਕ ਆ। ਯਾਰ ਆਪਾਂ ਨੂੰ ਜ਼ਿੰਦਗੀ 'ਚ ਦੁਖੀ ਉਦੋਂ ਹੁੰਦੇ ਆ ਜਦ ਆਪਾਂ ਨੂੰ ਲਾਈਫ ਕੁਛ ਹੋਰ ਚਾਹੀਦੀ ਹੁੰਦੀ ਆ, ਬਟ ਆਪਾਂ ਕੰਮ ਕੋਈ ਹੋਰ ਕਰ ਰਹੇ ਹੁੰਦੇ ਜਿਹੜਾ ਆਪਾਂ ਨੂੰ ਆਪਣੀ ਡ੍ਰੀਮ ਲਾਈਫ ਤੱਕ ਲੈ ਕੇ ਨਹੀਂ ਜਾ ਸਕਦਾ ਹੈਗਾ। ਸਪੋਜ਼ ਕਰੋ ਤੁਹਾਡਾ ਸੁਪਨਾ ਹੈਗਾ ਬਹੁਤ ਘੁੰਮਣਾ ਫਿਰਨਾ, ਸਭ ਕੁਛ ਕਰਨਾ, ਠੀਕ ਆ, ਵਿਹਲੇ ਰਹਿਣਾ, 9 to 5 ਨਹੀਂ ਕਰਨੀ, ਬਟ ਤੁਸੀਂ ਬੈਠੇ ਸਰਕਾਰੀ ਨੌਕਰੀ 'ਚੋਂ ਜਾਂ ਜੋਬ 'ਚੋਂ ਜਾਂ 9 to 5 ਦੀ ਜੋਬ 'ਚੋਂ, ਤਾਂ ਤੁਸੀਂ ਦੁਖੀ ਰਹੋਗੇ ਯਾਰ। ਜਦ ਤੁਹਾਡਾ ਸੁਪਨਾ ਡ੍ਰੀਮ ਲਾਈਫ ਅਲੱਗ ਆ ਬਟ ਤੁਸੀਂ ਕਰ ਕੁਛ ਹੋਰ ਰਹੇ ਹੋ, ਅਤੇ ਤੁਹਾਨੂੰ ਪਤਾ ਵੀ ਯਾਰ ਸਾਰੀ ਉਮਰ ਮੈਂ ਇਹ ਜੋਬ ਛੱਡ ਨਹੀਂ ਸਕਦਾ ਹੈਗਾ, ਕਿਉਂਕਿ ਹੁਣ ਫੜ ਲਈ, ਫਸ ਗਿਆ, ਕੰਫਰਟੇਬਲ ਹੋ ਗਿਆ, ਫੈਮਿਲੀ ਸਟਾਰਟ ਹੋ ਗਈ, ਜੋ ਵੀ ਹੋ ਗਿਆ, ਅਤੇ ਹੁਣ ਮੈਂ ਇਹਨੂੰ ਛੱਡ ਕੇ ਕਰ ਨਹੀਂ ਸਕਦਾ ਹੈਗਾ ਆਪਣਾ ਮਤਲਬ ਲਾਈਫ ਨੂੰ ਇੰਜੋਏ, ਤਾਂ ਪਹਿਲਾਂ ਸੋਚੋ ਵੀ ਤੁਹਾਡੀ ਜ਼ਿੰਦਗੀ ਹੋਣੀ ਕਿਹੋ ਜਿਹੀ ਚਾਹੀਦੀ ਆ, ਕੀ ਕਰਨਾ ਚਾਹੁੰਦੇ ਹੋ, ਕਿਹੋ ਜਿਹੀ ਰੂਟੀਨ ਆ, ਜਿਮ ਜਾਣਾ ਚਾਹੁੰਦੇ ਹੋ, ਸਪੋਰਟਸ ਖੇਡਣੀ ਚਾਹੁੰਦੇ ਹੋ, ਵਧੀਆ ਪੈਸਾ ਹੋਣਾ ਚਾਹੀਦਾ, ਫੈਮਿਲੀ ਵੀ ਨਾਲ ਰਹੇ, ਠੀਕ ਆ, ਦੋਸਤਾਂ ਨਾਲ ਵੀ ਟਾਈਮ ਸਪੈਂਡ ਹੋਵੇ, ਸਭ ਕੁਛ ਹੋਵੇ, ਥੋੜ੍ਹੀ ਮਤਲਬ ਵੀ ਫਰੀਡਮ ਵੀ ਹੋਵੇ, ਆਪਣੇ ਮਰਜ਼ੀ ਦੇ ਆਪ ਮਾਲਿਕ ਹੋਵੋ, ਵੀ ਕਿੱਥੇ ਇੱਧਰ ਉੱਧਰ ਜਾ ਸਕਾਂ, ਨਾ ਜਾ ਸਕਾਂ, ਜਾਂ ਤੁਹਾਨੂੰ ਇਹੋ ਜਿਹੀ ਲਾਈਫ ਚਾਹੀਦੀ ਹੈ ਵੀ ਡਿਸਿਪਲਿਨ ਜਿਹਾ ਹੋਵੇ, ਮੈਨੂੰ ਪਤਾ 9 to 5 ਮੈਂ ਕੰਮ ਕਰਨਾ, ਉਹ ਤੋਂ ਬਾਅਦ ਮੈਂ ਵਿਹਲੇ ਰਹਿਣਾ, ਆਪਣੀ ਜ਼ਿੰਦਗੀ ਜਿਊਂਗਾ, ਬਸ ਮੇਰੀ ਆਪਦੀ ਕੋਈ ਸਿਰਦਰਦੀ ਨਾ ਹੋਵੇ, ਆਪਦਾ ਕੋਈ ਇੰਨਾ ਬਿਜ਼ਨਸ ਵਗੈਰਾ ਨਾ ਹੋਵੇ, ਕਿਉਂਕਿ ਬਿਜ਼ਨਸ 'ਚ ਟੈਨਸ਼ਨਾਂ ਬਹੁਤ ਹੁੰਦੀਆਂ ਨੇ, ਠੀਕ ਹੈ ਨਾ। ਤਾਂ ਸਭ ਕੁਛ ਸੋਚ ਕੇ, ਸਭ ਕੁਛ ਡਿਸਾਈਡ ਕਰਕੇ ਫਿਰ ਦੇਖੋ ਵੀ ਤੁਹਾਡੀ ਲਾਈਫ ਤੁਹਾਨੂੰ ਜੋਬ ਦਊਗੀ, ਡ੍ਰੀਮ ਲਾਈਫ ਜਿਹੜੀ ਤੁਹਾਡੀ ਹੈਗੀ ਆ, ਜਾਂ ਤੁਹਾਡਾ ਬਿਜ਼ਨਸ ਦਊਗਾ, ਠੀਕ ਆ। ਜੇ ਤੁਹਾਡੀ ਡ੍ਰੀਮ ਲਾਈਫ ਤੁਹਾਨੂੰ ਜੋਬ ਦੇ ਸਕਦੀ ਆ ਅਤੇ ਤੁਸੀਂ ਜੋਬ 'ਚ ਖੁਸ਼ ਹੋ, ਤਾਂ ਜੋਬ ਤੁਹਾਡੇ ਵਾਸਤੇ ਬਣੀ ਆ, ਠੀਕ ਆ। ਹਰ ਬੰਦਾ ਬਿਜ਼ਨਸ ਨਹੀਂ ਕਰ ਸਕਦਾ ਹੈਗਾ, ਹਰ ਬੰਦਾ ਜੋਬ ਵੀ ਨਹੀਂ ਕਰ ਸਕਦਾ ਹੈਗਾ, ਲਾਈਕ ਮਤਲਬ ਇਹ ਗਲਤ ਹੋਊਗਾ ਵੀ ਮੈਂ ਜੇ ਸਾਰਿਆਂ ਨੂੰ ਕਹਿ ਦਿੰਦਾ ਵੀ ਜੋਬ ਛੱਡ ਦਿਉ, ਆਪਣਾ ਬਿਜ਼ਨਸ ਸਟਾਰਟ ਕਰ ਲਓ, ਜੋਬ 'ਚ ਕੁਛ ਨਹੀਂ ਰੱਖਿਆ ਹੈਗਾ, ਬਿਜ਼ਨਸ 'ਚ ਸਭ ਕੁਛ ਆ, ਉਹ ਗਲਤ ਆ। ਹਰ ਇੰਡੀਵਿਜੁਅਲ ਦਾ ਆਪਣਾ ਨਜ਼ਰੀਆ ਹੁੰਦਾ ਜ਼ਿੰਦਗੀ ਨੂੰ ਦੇਖਣ ਦਾ, ਆਪਣੀ ਉਹਦੀ ਚੋਇਸਿਸ ਹੁੰਦੀਆਂ ਨੇ, ਆਪਣਾ ਉਹਦਾ ਜੀਣ ਦਾ ਢੰਗ ਹੁੰਦਾ। ਤੁਸੀਂ ਦੇਖੋ ਵੀ ਤੁਹਾਨੂੰ ਜੀਣ ਦਾ ਜਿਹੜਾ ਢੰਗ ਚਾਹੀਦਾ ਉਹ ਤੁਹਾਨੂੰ ਜੋਬ ਦਊਗੀ ਜਾਂ ਤੁਹਾਡਾ ਬਿਜ਼ਨਸ ਦਊਗਾ, ਠੀਕ ਆ। ਬਿਜ਼ਨਸ ਦੇ ਪਲੱਸ ਪੁਆਇੰਟ ਇਹ ਨੇ, ਗਰੋਥ ਸਾਰੀ ਉਮਰ ਤੁਹਾਡੀ ਹੋਊਗੀ, ਠੀਕ ਆ। ਜਿੰਨਾ ਤੁਸੀਂ ਅੱਗੇ ਜਾਣਾ ਚਾਹੋਗੇ, ਜਿੰਨਾ ਵਧਣਾ ਚਾਹੋਗੇ, ਬਿਜ਼ਨਸ ਨੂੰ ਉਨਾ ਵਧਾ ਸਕਦੇ ਹੋ। ਜੋਬ ਦਾ ਇੱਕ ਇਹ ਹੁੰਦਾ, ਆਪਣੇ ਉੱਤੇ ਇੱਕ ਸੀਲਿੰਗ ਹੁੰਦੀ ਆ, ਠੀਕ ਹੈ ਨਾ, ਵੀ ਮੈਕਸੀਮ ਤੁਸੀਂ ਇਹ ਪੋਜੀਸ਼ਨ ਤੱਕ ਪਹੁੰਚ ਸਕਦੇ ਹੋ, ਇਹ ਤੋਂ ਉੱਤੇ ਜਾ ਨਹੀਂ ਸਕਦੇ, ਮੈਕਸੀਮ ਇਹ ਸੈਲਰੀ ਮਿਲੂਗੀ, ਉਹ ਇਹ ਤੋਂ ਉੱਤੇ ਜਾ ਨਹੀਂ ਸਕਦੇ। 9 to 5 ਆ, ਉੱਤੇ ਬੌਸ ਆ, ਆਪਣਾ ਬਿਜ਼ਨਸ 9 to 5 ਨਹੀਂ ਹੈਗਾ ਬਟ 24 ਘੰਟੇ ਦਾ ਕੰਮ ਹੋ ਜਾਂਦਾ ਕਈ ਵਾਰ, ਕੋਈ ਬੌਸ ਨਹੀਂ ਹੈਗਾ, ਪੈਸਾ ਵਾਧੂ ਕਮਾ ਸਕਦੇ ਹਾਂ, ਜੋਬ 'ਚ ਸਿਕਿਉਰਟੀ ਆ, ਸੇਫਟੀ ਆ, ਬਟ ਅੱਜ ਕੱਲ੍ਹ ਉਹ ਵੀ ਨਹੀਂ ਹੈਗੀ ਪ੍ਰਾਈਵੇਟ ਜੋਬਸ 'ਚ, ਠੀਕ ਆ। ਬਿਜ਼ਨਸ 'ਚ ਇਹੀ ਆ, ਜਿੰਨੀ ਕੁ ਮਿਹਨਤ ਕਰੋਗੇ ਉਨਾ ਕੁ ਤੁਹਾਨੂੰ ਪੈਸਾ ਮਿਲ ਜੂਗਾ, 10 ਸਾਲ ਝੱਟ ਮਾਰੋਗੇ, ਉਹ ਤੋਂ ਬਾਅਦ ਚੰਗੀ ਇਨਵੈਸਟਮੈਂਟ ਕਰ ਲਓਗੇ, ਫਿਰ ਕਈ ਵਾਰ ਐਂ ਵੀ ਹੋ ਜਾਂਦਾ ਵੀ ਸਾਰੀ ਉਮਰ ਕੰਮ ਕਰਨ ਦੀ ਲੋੜ ਨਹੀਂ ਹੈਗੀ, ਵਾਧੂ ਪੈਸਾ ਬਣ ਜਾਂਦਾ, ਠੀਕ ਆ, ਉਹਨੂੰ ਜੇ ਚੰਗੀ ਤਰ੍ਹਾਂ ਇਨਵੈਸਟ ਕਰਤਾ, ਚੰਗੀ ਜਗ੍ਹਾ 'ਤੇ ਇਨਵੈਸਟ ਕਰਤਾ। ਤਾਂ ਉਹੀ ਆ ਵੀ ਜੇ ਕਨਫਿਊਜ਼ਨ ਆ ਨਾ, ਕਨਫਿਊਜ਼ਨ ਤਾਂ ਹੀ ਦੂਰ ਹੋਊਗੀ ਜੇ ਤੁਸੀਂ ਪਹਿਲਾਂ ਆਪਣੇ ਆਪ ਨੂੰ ਬੈਠ ਕੇ ਦੇਖੋ, ਸਮਝੋ, ਸੋਚੋ ਵੀ ਮੈਨੂੰ ਚਾਹੀਦਾ ਕੀ ਆ ਜ਼ਿੰਦਗੀ 'ਚ, ਕਿਹੋ ਜਿਹੀ ਜ਼ਿੰਦਗੀ ਚਾਹੀਦੀ ਆ, ਠੀਕ ਆ। ਫਿਰ ਦੇਖੋ ਵੀ ਜਿਹੜੇ ਜੋਬ ਵਾਲੇ ਨੇ ਉਹ ਕਿਵੇਂ ਆਪਣੀ ਜ਼ਿੰਦਗੀ ਜੀ ਰਹੇ ਨੇ, ਖੁਸ਼ ਨੇ, ਠੀਕ ਆ, ਉੱਤੇ ਉਹਨਾਂ ਦੇ ਬੌਸ ਆ, ਬੌਸ ਦਾ ਪ੍ਰੈਸ਼ਰ ਤਾਂ ਨਹੀਂ ਹੈਗਾ, ਵਰਕ ਦਾ ਪ੍ਰੈਸ਼ਰ ਤਾਂ ਨਹੀਂ ਹੈਗਾ, ਜ਼ਿੰਦਗੀ ਤੋਂ ਕੋਈ ਕੰਪਲੇਂਟਸ ਤਾਂ ਨਹੀਂ ਹੈਗੀਆਂ, ਕਿਵੇਂ ਜੀ ਰਹੇ ਨੇ ਆਪਣੀ ਲਾਈਫ, ਤੁਹਾਨੂੰ ਉਹ ਲਾਈਫ ਚਾਹੀਦੀ ਆ ਜਾਂ ਨਹੀਂ ਚਾਹੀਦੀ। ਫਿਰ ਬਿਜ਼ਨਸ ਵਾਲਿਆਂ ਨੂੰ ਦੇਖੋ ਵੀ ਉਹਨਾਂ ਦੀ ਲਾਈਫ ਕਿਹੋ ਜਿਹੀ ਆ, ਟੈਨਸ਼ਨਾਂ ਬਹੁਤ ਹੁੰਦੀਆਂ ਨੇ ਬਿਜ਼ਨਸ 'ਚ, ਠੀਕ ਹੈ ਨਾ, ਬਟ ਇੱਕ ਪੁਆਇੰਟ ਤੋਂ ਬਾਅਦ ਜਾ ਕੇ ਪੈਸਾ ਮੈਟਰ ਕਰਨਾ ਬੰਦ ਕਰ ਦਿੰਦਾ, ਉਹ ਤੋਂ ਬਾਅਦ ਆਪਣੀ ਮਰਜ਼ੀ ਆ, ਟੈਨਸ਼ਨ ਲੈਣੀ ਨਹੀਂ ਲੈਣੀ। ਜੇ ਤੁਸੀਂ ਵੈਲ ਸੈਟਲ ਹੋ ਨਾ, ਤੁਹਾਡੇ ਕੋਲ ਸਾਰੀ ਉਮਰ ਜੋਗਾ ਪੈਸਾ ਬਣ ਗਿਆ, ਫਿਰ ਟੈਨਸ਼ਨਾਂ ਵੈਸੇ ਨਹੀਂ ਬੰਦਾ ਲੈਂਦਾ ਹੈਗਾ। ਤਾਂ ਉਹੀ ਆ, ਸਭ ਕੁਛ ਇਹ ਸੋਚ ਕੇ ਬੈਕਵਰਡ ਚੱਲੋ, ਠੀਕ ਆ ਨਾ। ਐਂਡ ਗੋਲ ਪਹਿਲਾਂ ਸੋਚੋ, ਫਿਰ ਸੋਚੋ ਕਿਹੜੀ ਚੀਜ਼ ਮੈਨੂੰ ਇਹ ਦਊਗੀ, ਜੋਬ ਦਊਗੀ ਜਾਂ ਮਤਲਬ ਬਿਜ਼ਨਸ ਦਊਗਾ। ਫਿਰ ਜੇ ਤੁਸੀਂ ਜੋਬ ਡਿਸਾਈਡ ਕੀਤੀ ਹੈ, ਫਿਰ ਤੁਸੀਂ ਸੋਚੋ ਵੀ ਕਿਹੜੀ ਜੋਬ ਮੈਨੂੰ ਇਹ ਲਾਈਫ ਦਊਗੀ, ਠੀਕ ਆ, ਸਰਕਾਰੀ ਨੌਕਰੀ ਦਊਗੀ ਜਾਂ ਪ੍ਰਾਈਵੇਟ ਜੋਬ ਦਊਗੀ। ਬਟ ਜੋਬਸ ਤਾਂ ਨਾ ਇਹ ਆ, ਕੰਪੀਟੀਸ਼ਨ ਬਹੁਤ ਆ ਯਾਰ, ਠੀਕ ਆ, ਕੰਪੀਟੀਸ਼ਨ ਇਨ ਦਾ ਸੈਂਸ ਮਤਲਬ ਵੀ 50 ਸੀਟਾਂ ਪਿੱਛੇ 50-50 ਹਜ਼ਾਰ ਬੱਚੇ ਲੜ ਰਹੇ ਜੇ ਤੁਸੀਂ ਸਰਕਾਰੀ ਜੋਬ ਪਿੱਛੇ ਜਾਂਦੇ ਹੋ, ਪ੍ਰਾਈਵੇਟ ਪਿੱਛੇ ਵੀ ਬਹੁਤ ਕੰਪੀਟੀਸ਼ਨ ਅੱਜ ਕੱਲ੍ਹ। ਅਤੇ ਬਿਜ਼ਨਸ ਇਹੀ ਆ ਵੀ ਕਾਫੀ ਬਿਜ਼ਨਸ ਐਸੇ
ने जिन्हां दी डिमांड बहुत आ बट सप्लाई है नहीं गी, बहुत बिजनेस ऐसे ने ठीक है जिहड़ी सारी दुनिया नूं लोड़ आ बट कर कोई रहा नहीं हैगा। तां बिजनेस च मेरे हिसाब नाल थोड़ा कॉम्पीटिशन घट हुंदा क्योंकि बहुत घट लोग इह च जांदे ने। हुण जिवें मेरा ठीक है फार्मिंग ते डेयरी फार्मिंग, अज कल पढ़े लिखे बच्चे कोई फार्मिंग करके राजी नहीं हैगा, कोई डेयरी फार्मिंग करके राजी नहीं हैगा, बट रोटी सब ने खानी है, दुध सब ने पीना, तो वो कोई कॉम्पीटिशन नहीं है नहींगा। इस पढ़े लिखे बच्चे इन्ने है ही नहीं गे ठीक है, तो कोई कॉम्पीटिशन नहीं है। जे मैं आही पढ़े लिखे च जॉब च जाके कंपीट करना, सारे पढ़े लिखे सके, सारे एक तो वध एक तैयारी कर रहे हैं, उत्थे कॉम्पीटिशन बहुत आ, तुहानूं जॉब मिलेगी नहीं मिलेगी इहदी कोई गरंटी नहीं हैगी। बट बिजनेस वास्ते भी पैसा नहीं हुंदा हैगा स्टार्ट करन वास्ते, तां उही सोचो वी जॉब चाहीदी आ तां कीहड़ी जॉब चाहीदी आ, उहदे वास्ते की करना पैणा, फिर रोज़ तैयारी करो, मन मार के पढ़ो लिखो जो मर्जी करो, वी एंड तो स्टार्ट करो गोल की आ, फिर डिसाइड करो जॉब या बिजनेस, फिर कीहड़ी जॉब या कीहड़ा बिजनेस ठीक है, फिर देखो भी उहदे वास्ते की करना पैणा, फिर जो तुसीं रोज़ करना पैना वो रोज़ करो तो उत्थे पहुँच जाओगे, ड्रीम लाइफ तक पहुँच जाओगे। पुठे स्टैप लेंदे लेंदे सोचो भी मैं रोज़ ऐसी कीहड़ी एक्टिविटी करा, रोज़ ऐसा की करा जेडे मैं उत्थे तक पहुँचा ठीक है। जे तुसीं बिजनेस डिसाइड करदे हो मैं बिजनेस करना, बिजनेस ग्लैमरस नहीं हैगा ठीक है ना, वो स्टेज 10-15 साल बाद आती है, पैसा पूसा कमा के उस बाद आती है, भी बड़ी गड्डिया उतर रहे हैं घेंट कपड़े पाए हैं, स्टार्टिंग च बिजनेस च बहुत स्ट्रगल आ ठीक है। तो जे थोड़े को इनवैसटमेंट करने वास्ते पैसा नहीं है, पहले पैसा कमाना पैना, पहले सारा काम आप करना पैना, तो देखो भी जिन्ना थोड़े को पैसा हैगा, हाँ ही नहीं है भी पेरेंट्स को जाके कहना मैं 10 लाख रुपए दे दो मैं बिजनेस करना मैं जॉब नहीं करनी हैगी, वो नहीं है। थोड़ा डिसीजन आता जिम्मेवारी भी थोड़ी है, जे थोड़ा डिसीजन बिजनेस करना तो थोड़ी जिम्मेवारी है पैसा इकट्ठा करना या पैसा कमाना बिजनेस वास्ते, डिसाइड करना केड़ा बिजनेस करना ठीक है। ये नहीं करना है भी पेरेंट्स पर बोझ पा देना भी मैंने तो पैसे चाहिए मैं तो जितने मर्जी करके दो, वो चीज़ नहीं हैगी। थोड़ी लाइफ थोड़ी जिम्मेवारी थोड़े डिसीजन, तुसी अपनी जिंदगी दे डिसीजन तां ही लै सकदे हो जे अपने पेरेंट्स तों किसी चीज़ की मंग ना करो ठीक है। जो थोनू जॉब वास्ते प्रेशराइज कर रहे हैं तो तुसी कहने मैं बिजनेस करना, बट बिजनेस करने वास्ते मैनू 5 लाख भी दो, पहला तो मैनू मेरी मर्जी की चीज़ कर दो, फिर मैनू तो पैसे भी दो, फिर कोई गरंटी भी नहीं हैगी मैं फेल होऊंगा या सक्सैसफुल होऊंगा, वो चीज़ नहीं चलनी हैगी। जे तुसी अपने डिसीजन लै सकदे हो अपनी जिंदगी दे मनमर्जी करनी आ, फिर उन्होंने पैसे मंगने का भी कोई हक नहीं बनता है। तो देखो जे बिजनेस करना केड़ा बिजनेस करना, जिन्ने के थोड़े को पैसे है उन्होंने केड़ा बिजनेस स्टार्ट कर सकते हो, या जो तुम बिजनेस स्टार्ट करना चाहते हो वह सब तो बेस लैवल कितों स्टार्ट कर सकते हो, वो वास्ते किन्ने पैसे चाहिए ने, उन्होंने किमें कट्ठे करोगे, तो वो वास्ते पहले जॉब भी करनी पैंती है ठीक है। तो कई बार ये भी हो जाता भी मैं जॉब तो लग जाना इन्ने क जब मेरे को पैसे इकट्ठे हो गए मैं जॉब छड़ के अपना काम स्टार्ट कर दूंगा या जॉब के नाल काम स्टार्ट कर दूंगा, जब मेरा बिजनेस इन्ने के पैसे मैंने बना के देने लग गया फिर मैं जॉब छड़ दूंगा। हो ही आ एक प्लैन बनाओ, एक गेम प्लैन बनाओ ठीक है, देखो भी किवें करना की करना किवें होगा, आए अन्ने वा बस जिंदगी जी चली ना जाओ ठीक है। जे थोड़ी हुण पढ़ाई पढ़ुई जी नेड़े लगन वाली आ खत्म होने वाली है तो इट्स हाई टाइम कि तुसी डिसाइड करो भी अगे जिंदगी जी करना की आ, क्योंकि बिना ना कलैरिटी दे बिना मतलब भी कुछ जाने पहचाने भी किधर आप तुर रहे हैं किधर नहीं जा रहे है, डायरेक्शनलैस जो होकर जिंदगी जी आप रोज़ दिन कट रहे हैं ना फिर उन्हें टाइम वेस्ट होंगे, टाइम वेस्ट करना कोई फायदा नहीं है। सोचो थोड़े वास्ते कि चीज़ बनी है, हर बंदे वास्ते हर चीज़ नहीं बनी होंगी हैगी, हर बंदा बिजनेस नहीं कर सकता, हर बंदा जॉब नहीं कर सकता, हर बंदा हर बिजनेस नहीं कर सकता, हर बंदा हर जॉब नहीं कर सकता। तो एक बार अपने आप में बैठ के पढ़ो भी तुम किस चीज़ वास्ते बने हो, तुम किस चीज़ से खुश रहोगे, तो जिड़ी चीज़ तुम करना चाहते हो वो जो तुम कर दो थोड़ी लाइफ कही जी होगी, तो जे उ जी थोड़ी लाइफ होगी थोनों वधिया लगेगी नहीं लगेगी की होगा उ एक डिसीजन सारे लिए परफेक्ट नहीं होंगे है। मेरे लिए बिजनेस वधिया सी, मैनू मैं किसी का ऑर्डर नहीं मान सकता है, मेरे उत्ते कोई बॉस नहीं होना चाहिए है, बस मेरा नेचर यह जहा ठीक है। तो मैं जिंदगी बहुत वधिया चाहता, वो जिंदगी वास्ते बहुत पैसा चाहिए तो वह जॉब च मिलना नहीं, तो होर भी रीज़न ने, मैं पेरेंट्स नाल रहना चाहता फैमिली नाल रहना चाहता ठीक है, सरकारी जॉब कदे इत्थे ट्रांसफर होगी कदे उत्थे ट्रांसफर होगी वो नहीं मैंने चीज़ चाहिए सी, तो उ मेरे वास्ते ये चीज़ बनी सी, तुसी देखो तुहाडे वास्ते की चीज़ बनी आ तो तुसी वो करो। तो यही अपनी अज्ज दी वीडियो सी, वधिया लगी लाइक कर दिओ, मैसेज वधिया लगे किसी नाल शेयर करना चाहिए शेयर कर दो, तो जे तुसी चैनल पहली बार आए नवे आए हो तो सबसक्राइब कर दिओ। थैंक यू सो मच जी, थैंक यू जी।